ਬ੍ਰੇਕ ਤੋਂ ਮੁੜ ਤੋਂ ਸਵਾਗਤ ਕਰਦੇ ਹਾਂ ਦਰਸ਼ਕਾਂ ਦਾ। ਫੈਸਲਾ ਦੇਸ਼ ਦਾ ਲਗਾਤਾਰ ਤੁਹਾਨੂੰ ਰੁਝਾਨ ਦਿਖਾ ਰਿਹਾ, ਹੁਣ ਨਤੀਜੇ ਵੀ ਆਉਣੇ ਸ਼ੁਰੂ ਹੋ ਗਏ ਨੇ, ਹੁਣ ਨਤੀਜੇ ਹੌਲੀ ਹੌਲੀ ਜਿਹੜਾ ਹੈਗਾ, ਕਿਉਂਕਿ ਟ੍ਰੈਂਡਸ ਜਿਹੜੇ ਨੇ ਹੁਣ ਜਿਹੜਾ ਦੌਰ ਹੈਗਾ ਇਹ ਜ਼ਿਆਦਾਤਰ ਟ੍ਰੈਂਡ ਹੀ ਨਤੀਜਿਆਂ ਵਿੱਚ ਤਬਦੀਲ ਹੋਣਗੇ, ਅਜਿਹਾ ਹੀ ਇਹੀ ਸਾਰਿਆਂ ਦਾ ਮੰਨਣਾ। ਸਾਡੇ ਨਾਲ ਖਾਸ ਪੈਨਲ ਮੌਜੂਦ ਹੈ, ਉਹਦੇ ਨਾਲ ਤੁਹਾਡਾ ਤਾਰੁਫ ਕਰਵਾਉਣਾ। ਰਣਜੀਤਾ ਮਹਿਤਾ ਸਾਡੇ ਨਾਲ ਮੌਜੂਦ ਨੇ, ਕਾਂਗਰਸ ਦੇ ਬੁਲਾਰੇ ਵਜੋਂ। ਰਣਜੀਤਾ ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਬਲਵਿੰਦਰ ਸਿੰਘ ਮਾਲੀ ਸਾਹਿਬ ਸੀਨੀਅਰ ਜਰਨਲਿਸਟ ਸਾਡੇ ਨਾਲ ਮੌਜੂਦ ਨੇ, ਮਾਲੀ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਸਤਿੰਦਰ ਬੈਸ ਸਾਡੇ ਨਾਲ ਮੌਜੂਦ ਨੇ, ਲਗਾਤਾਰ ਚਰਚਾ ਕਰ ਰਹੇ ਹਾਂ। ਸਤਿੰਦਰ ਬੈਸ ਇੱਕ ਵਾਰ ਮੁੜ ਤੋਂ ਸਵਾਗਤ ਹੈ। ਵਿਕਰਮ ਬਾਵਾ ਭਾਰਤੀ ਜਨਤਾ ਯੁਵਾ ਮੋਰਚਾ ਦੇ ਸਟੇਟ ਸਪੋਕਸਪਰਸਨ ਨੇ। ਵਿਕਰਮ ਬਾਵਾ ਇੱਕ ਵਾਰ ਮੁੜ ਤੋਂ ਸਵਾਗਤ ਹੈ ਤੁਹਾਡਾ। ਰਣਜੀਤਾ ਮਹਿਤਾ, ਹਰਿਆਣਾ ਵਿੱਚ 10 ਦੀ 10 ਸੀਟਾਂ ਜਿਹੜੀਆਂ ਸੀਗੀਆਂ, ਇੱਕ ਸੀਟ 'ਤੇ ਰਹਿ ਗਏ ਤੁਸੀਂ, 9-1। ਦੇਖੋ ਪਿਛਲੀ ਵਾਰ ਵੀ ਅਸੀਂ ਇੱਕ ਸੀਟ ਹੀ ਜਿੱਤ ਪਾਏ ਸੀ, ਪਰ ਮੈਨੂੰ ਇਹ ਲੱਗਦਾ ਹੈਗਾ ਕਿ ਜਿਹੜਾ ਸਥਾਨੀ ਮੁੱਦੇ ਹੁੰਦੇ ਨੇ ਜਿਹਦੇ ਬੇਸਿਸ ਤੇ ਚੁਣਾਵ ਲੜਨਾ ਚਾਹੀਦਾ ਤੇ ਲੜਿਆ ਜਾਂਦਾ ਹੈ, ਉਹ ਕਿਤੇ ਨਾ ਕਿਤੇ ਗੋਲ ਸੀਗੇ। ਕਿਤੇ ਅੱਜ ਵੀ ਮੋਦੀ ਜੀ ਦੇ ਨਾਮ ਤੇ ਹੀ ਵੋਟ ਮੰਗੀ ਜਾ ਰਹੀ ਸੀ ਔਰ ਮੋਦੀ ਜੀ ਦਾ ਚਿਹਰਾ ਹੀ ਅੱਗੇ ਕੀਤਾ ਜਾ ਰਿਹਾ ਸੀ। ਜਦੋਂ ਜਦੋਂ ਵੀ ਮੋਦੀ ਜੀ ਰੈਲੀਆਂ 'ਚ ਇੱਥੇ ਆ ਰਹੇ ਸੀਗੇ, ਉਹ ਕੈਂਡੀਡੇਟ ਦੇ ਨਾਂ 'ਤੇ ਵੋਟ ਨਾ ਮੰਗ ਕੇ ਉਹਨਾਂ ਦਾ ਨਾਂ ਤੱਕ ਨਾ ਲੈ ਕੇ ਆਪਣੇ ਆਪ ਨੂੰ ਵੋਟ ਮੰਗਵਾਉਂਦੇ ਸੀ। ਉਹ ਕਹਿੰਦੇ ਨੇ ਕਿ ਇੱਕ ਕੌਨਸਟੀਚੁਐਂਸੀ ਕੌਨਸਟੀਟਿਊਸ਼ਨ ਦੇ ਅੰਦਰ ਸਾਰੇ ਐਮ ਪੀ ਮਿਲ ਕੇ ਇੱਕ ਪ੍ਰਧਾਨ ਮੰਤਰੀ ਚੁਣਦਾ ਅਤੇ ਇਸ ਦੇਸ਼ ਦੇ ਮਤਲਬ ਬਦਹਾਲੀ ਕਹਿ ਲਈਏ ਕਿ ਦੁਰਭਾਗ ਕਹਿ ਲਈਏ ਕਿ ਇੱਕ ਐਮ ਪੀ ਇੱਕ ਪੀ ਐਮ ਜੋ ਹੈ ਐਮ ਪੀ ਬਣਾ ਰਹੇ ਹੈ। ਦੇਖੀ ਇਹ ਐਕਸਕਿਊਜ਼ ਨਹੀਂ ਹੈ। ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ, ਰਾਹੁਲ ਗਾਂਧੀ ਇਹਨਾਂ 'ਤੇ ਵੋਟ ਮੰਗੀ ਜਾ ਸਕਦੀ? ਦੇਖੀ ਅਸੀਂ ਤਾਂ ਲੋਕਤੰਤਰ 'ਤੇ ਵਿਸ਼ਵਾਸ ਕਰਦੇ ਤਾਂ ਅਸੀਂ ਕਦੀ ਵੀ ਇਹ ਨਹੀਂ ਕਹਿ ਸਕਦਾ ਕਿ ਪ੍ਰਧਾਨ ਮੰਤਰੀ ਰਾਹੁਲ ਗਾਂਧੀ ਬਣਨਗੇ ਕੋਈ ਹੋਰ ਬਣੇਗਾ, ਕਿ ਅਸੀਂ ਜਨਾਦੇਸ਼ ਜੋ ਕਹੇਗਾ ਜਨਾਦੇਸ਼ ਜਿਹਦੇ ਵਾਸਤੇ। ਤੁਸੀਂ ਕਿਹਦੇ ਨਾਂ 'ਤੇ ਵੋਟਾਂ ਮੰਗੀਆਂ ਸੀ? ਦੇਖੀ ਅਸੀਂ ਤਾਂ ਵਿਕਾਸ ਦੇ ਨਾਮ 'ਤੇ ਜੋ ਸਾਡਾ ਕੰਮ ਕੀਤਾ ਗਿਆ 10 ਸਾਲ ਅਸੀਂ ਹਰਿਆਣਾ 'ਚ ਜੋ ਕੰਮ ਕੀਤਾ ਸੀ ਭੁਪਿੰਦਰ ਸਿੰਘ ਹੁੱਡਾ ਦੇ ਨਾਲ। ਲੱਗਦਾ ਕਿ 5 ਸਾਲਾਂ ਬਾਅਦ ਵੀ ਲੋਕਾਂ ਨੂੰ ਯਾਦ ਸੀ? ਮੋਦੀ ਜੀ ਦਾ ਨਾਮ ਸੀਗਾ ਉਹੀ ਜਿਹੜਾ ਸਾਰੇ ਸਥਾਨ ਜਿਹੜਾ ਉਹਨਾਂ ਨੇ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ, ਜਿਹੜਾ ਉਹਨਾਂ ਨੇ ਲੋਕਾਂ ਨੂੰ ਇਹ ਕਿਹਾ ਸੀਗਾ ਕਿ ਮੈਂ ਤੁਹਾਨੂੰ ਰੋਜ਼ਗਾਰ ਦੇਵਾਂਗਾ, ਜਿਹੜਾ ਉਹਨਾਂ ਨੂੰ ਕਿਹਾ ਸੀ ਮੈਂ ਬੁਲਟ ਟ੍ਰੇਨ ਚਲਾਵਾਂਗਾ, ਜਿਹੜਾ ਉਹਨਾਂ ਨੂੰ ਕਿਹਾ ਸੀ ਮੈਂ ਰਾਮ ਮੰਦਿਰ ਬਣਾਵਾਂਗਾ, ਜਿਹੜਾ ਉਹਨਾਂ ਨੇ ਕਿਹਾ ਸੀਗਾ ਕਿ ਮੈਂ 370 ਲਾਗੂ ਕਰਾਂਗਾ। ਉਹ ਸਭ ਸਥਾਨੀ ਮੁੱਦੇ ਭੁਲਾ ਕੇ 4.5 ਸਾਲ ਸਭ ਮੋਦੀ ਗੁਮਰਾਹ ਕਰਦੇ ਹੈ ਔਰ ਲਾਸਟ ਦੇ ਵਿੱਚ ਆ ਕੇ ਪੁਲਵਾਮਾ ਦੇਸ਼ ਭਗਤੀ ਰਾਸ਼ਟਰਵਾਦ ਔਰ ਚੁਰੂ ਦੇ ਵਿੱਚ ਰੈਲੀਆਂ ਦੇ ਵਿੱਚ ਪਿੱਛੇ ਸੈਨਿਕਾਂ ਦੀ ਫੋਟੋਆਂ ਲਾ ਕੇ ਵੋਟਾਂ ਮੰਗਣੀਆਂ। ਜਨਤਾ ਗੁਮਰਾਹ ਹੁੰਦੀ ਹੈ ਔਰ ਉਹਨਾਂ ਨੂੰ ਬਾਰ ਬਾਰ ਕੀਤਾ ਜਾਂਦਾ ਹੈ, ਪਰ ਤੁਸੀਂ ਦੇਖਿਓ ਬਹੁਤ ਜਲਦੀ ਜਿਵੇਂ ਇਸ ਮੈਂਡੇਟ ਨੂੰ ਤੁਸੀਂ ਜਨਤਾ ਦਾ ਗੁਮਰਾਹ ਹੋਣਾ ਦੱਸਦੇ? ਬਿਲਕੁਲ, ਮੈਂ ਤਾਂ ਬਿਲਕੁਲ ਮੰਨਦੀ ਹਾਂ ਜੀ ਜਨਤਾ ਗੁਮਰਾਹ ਹੋ ਰਹੀ ਹੈ ਔਰ ਆਉਣ ਵਾਲੇ 5 ਸਾਲ ਕਿੰਨੇ ਔਖੇ ਉਹਨਾਂ ਵਾਸਤੇ ਨਿਕਲਣਗੇ ਜਨਤਾ ਦੇਖਣ ਨੂੰ ਤਿਆਰ ਹੋ ਜਾਵੇ। ਆ ਮਾਤਰ 2 ਜਾਂ 3 ਦਿਨ ਦੀ ਕਹਾਣੀ ਹੈ, ਆ ਪੈਟਰੋਲ ਔਰ ਡੀਜ਼ਲ ਦੇ ਰੇਟ ਦੇਖ ਲਓ, 5 ਤੋਂ 8 ਰੁਪਏ ਵਧਾਉਣ ਜਾ ਰਹੀ ਹੈ ਗਵਰਨਮੈਂਟ। ਇਹ ਜਿਹੜੀ ਛੁਰੀਆਂ ਚੱਲੀਆਂ ਨੇ, ਜਿਹੜੇ ਪ੍ਰਚਾਰ ਪ੍ਰਸਾਰ ਤੇ ਇੰਨਾ ਖਰਚਾ ਕੀਤਾ ਮੋਦੀ ਸਾਹਿਬ ਨੇ ਆਪਣੇ ਔਰ ਸਾਰੇ ਚੈਨਲਾਂ ਨੂੰ ਜਿਸ ਤਰੀਕੇ ਨਾਲ ਮੈਨੂਪਲੇਟ ਕੀਤਾ ਹੋਇਆ ਸੀਗਾ, ਇਹ ਜਨਤਾ ਦੇ ਬੋਝ ਪੈਣ ਵਾਲਾ ਹੈ। ਇਹ ਲੋਕੀ ਤਿਆਰ ਹੋ ਜਾਣ, ਚਾਹੇ ਉਹ ਟੈਕਸ ਦੇ ਰੂਪ ਦੇ ਵਿੱਚ, ਚਾਹੇ ਕਹਿੰਦੇ ਨੇ ਕਿ ਹਿਟਲਰਿਜ਼ਮ ਜੋ ਹੈ ਪੂਰਾ ਦੇਸ਼ ਦੇ ਅੰਦਰ ਹੋਣ ਜਾ ਰਿਹਾ ਹੈ। ਵਿਕਰਮ ਬਾਬਾ, ਇਹ ਪੈਟਰੋਲ ਡੀਜ਼ਲ ਵਾਲੀ ਗੱਲ ਜਿਹੜੀ ਰਣਜੀਤਾ ਮਹਿਤਾ ਕਰ ਰਹੇ ਨੇ, ਤਾਂ ਵੈਸੇ ਸ਼ੁਰੂ ਵੀ ਹੋ ਚੁੱਕੀ ਹੈ, ਰੇਟ ਵਧਨੇ ਸ਼ੁਰੂ ਹੋ ਗਏ ਨੇ ਔਰ ਇਲੈਕਸ਼ਨ ਪ੍ਰੋਸੈਸ ਕੰਪਲੀਟ ਹੋਣ ਤੋਂ ਇੱਕਦਮ ਬਾਅਦ ਸ਼ੁਰੂ ਹੋ ਚੁੱਕੇ ਨੇ, ਰੇਟ ਵਧਨੇ ਵੀ ਸ਼ੁਰੂ ਹੋ ਗਏ, 2 ਰੁਪਏ ਤੱਕ ਦਾ ਫਰਕ ਜਿਹੜਾ ਹੈਗਾ ਉਹ ਸ਼ੁਰੂ ਹੋ ਚੁੱਕਿਆ ਹੈ। ਆਉਣ ਵਾਲੇ ਦਿਨਾਂ 'ਚ ਅਸੀਂ ਹੋਰ ਕੀ ਉਮੀਦ ਕਰੀਏ? ਦੇਖੋ ਜੀ, ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹਾਂਗਾ, ਹਰਿਆਣਾ ਦੀ ਗੱਲ ਇਹਨਾਂ ਨੇ ਕੀਤੀ ਹੈਗੀ ਹੈ, ਥੋੜ੍ਹੀ ਦੇਰ ਪਹਿਲਾਂ ਇੱਕ ਵੀਡੀਓ ਵਾਇਰਲ ਹੋਈ ਹੈ ਹੁਣੇ, ਜਿਹਦੇ ਵਿੱਚ ਮਾਨੇ ਹੁੱਡਾ ਸਾਹਿਬ ਕਹਿ ਰਹੇ ਨੇ ਕਿ ਮੋਦੀ ਵੇਵ ਜਿਹੜੀ ਹੈਗੀ ਆ ਉਹਦੇ ਕਰਕੇ ਰਿਜ਼ਲਟ ਜਿਹੜੇ ਨੇ ਆ ਰਹੇ ਨੇ। ਦੇਖੋ, ਜਿਹੜਾ ਇਹ ਮੈਂਡੇਟ ਮਿਲਿਆ ਹੈਗਾ, ਚਾਹੇ ਪੰਜਾਬ ਦਾ ਚਾਹੇ ਉਹ ਹਿੰਦੁਸਤਾਨ ਦਾ ਹੈਗਾ, ਇਹ ਸਾਨੂੰ ਐਕਸੈਪਟ ਕਰਨਾ ਚਾਹੀਦਾ ਹੈਗਾ। ਦੇਸ਼ ਦੀ ਜਨਤਾ ਜਿਹੜੀ ਹੈਗੀ ਬੜੀ ਸਮਝਦਾਰ ਹੈਗੀ ਹੈ ਔਰ ਉਹਨਾਂ ਨੇ ਵਿਕਾਸ ਨੂੰ ਜਿਹੜਾ ਹੈਗਾ ਸਾਹਮਣੇ ਰੱਖਦੇ ਹੋਏ ਜਿਹੜਾ ਹੈਗਾ ਉਹ ਵੋਟ ਪਾਈ ਹੈਗੀ ਔਰ ਰਿਜ਼ਲਟ ਤੁਹਾਡੇ ਸਾਹਮਣੇ। ਤੁਸੀਂ ਵਿਕਾਸ ਦੇ ਨਾਂ ਤੇ ਵੋਟ ਮੰਗੇ ਨੇ? ਨਹੀਂ, ਵਿਕਾਸ ਮੈਂ ਦੱਸ ਦਿੰਦਾ, ਵਿਕਾਸ ਦੇ ਨਾਂ ਤੇ ਪੁਲਵਾਮਾ ਦੇ ਮੰਗੇ ਆ? ਨਹੀਂ ਨਹੀਂ ਨਹੀਂ, ਪੁਲਵਾਮਾ ਦੇਖੋ ਜੀ, ਪੁਲਵਾਮਾ ਜਿਹੜਾ ਹੈਗਾ ਉਹ ਇੱਕ ਬਿਲਕੁਲ ਹੀ ਇੱਦਾਂ ਦੀ ਘਟਨਾ ਸੀਗੀ ਜਿਹੜੀ ਸਾਰਿਆਂ ਨੂੰ ਤਕਲੀਫ ਦੇ ਆ ਔਰ ਮੈਂ ਕਹਿਣਾ ਚਾਹੁੰਦਾ ਕਿ ਇਹਦੇ ਵਿੱਚ ਜੇ ਸਰਜੀਕਲ ਸਟ੍ਰਾਈਕ ਕਰਕੇ ਇੱਕ ਪ੍ਰਧਾਨ ਮੰਤਰੀ ਨੇ ਆਪਣਾ ਜਿਗਰਾ ਦਿਖਾਉਂਦੇ ਹੋਏ ਔਰ ਉੱਥੇ ਪਾਕਿਸਤਾਨ ਨੂੰ ਜਿਹੜਾ ਇੱਕ ਸਬਕ ਸਿਖਾਇਆ ਤੇ ਉਹ ਜਿਹੜੀ ਸਰਜੀਕਲ ਸਟ੍ਰਾਈਕ ਦੀ ਜ਼ਿਕਰ ਕਰ ਰਹੇ ਹੋ ਤੁਸੀਂ, ਬਾਲਾਕੋਟ ਜਾਂ ਉਸ ਤੋਂ ਪਹਿਲਾਂ? ਬਾਲਾਕੋਟ ਦੀ ਵੀ ਅਸੀਂ ਗੱਲ ਕਰ ਰਹੇ ਹਾਂ, ਉਸ ਤੋਂ ਪਹਿਲਾਂ ਜਿਹੜੀ ਸਰਜੀਕਲ ਸਟ੍ਰਾਈਕ, ਉਸ ਤੋਂ ਪਹਿਲਾਂ ਵਾਲੀ ਜਿਨ੍ਹਾਂ ਨੇ ਲੀਡ ਕੀਤੀ ਸੀ ਉਹਨਾਂ ਨੇ ਕਿਹਾ ਸੀ ਸਰਕਾਰ ਗਲਤ ਕਰ ਰਹੀ ਹੈ, ਇਸ ਨੂੰ ਇੰਨਾ ਜ਼ਿਆਦਾ ਇਸ ਦੀ ਮਾਰਕੀਟਿੰਗ ਨਹੀਂ ਕੀਤੀ ਜਾਣੀ ਚਾਹੀਦੀ ਸੀ ਜਿੰਨੀ ਕੀਤੀ ਜਾ ਰਹੀ। ਦੇਖੋ, ਉਹਦੀ ਜਿਹੜੀ ਪਹਿਲੇ ਵਾਲੀ ਜਿਹੜੀ ਹੋਈ ਸੀ 29 ਸਤੰਬਰ 2016 ਨੂੰ, ਉਹਦੀ ਵੀਡੀਓ 2 ਸਾਲਾਂ ਬਾਅਦ ਆਈ, ਪਤਾ ਹੀ ਨਹੀਂ ਸੀ, ਲੋਕੀ ਤਾਂ ਮੰਗ ਰਹੇ ਸੀਗੇ ਵੀਡੀਓਜ਼। ਅੱਜ ਕਾਂਗਰਸ ਕਹਿੰਦੀ ਹੈਗੀ ਅਸੀਂ 16 ਵਾਰੀ ਸਟ੍ਰਾਈਕ ਕੀਤੀ, ਅਕਾਲੀ ਆਰ ਭਾਰਤ ਚੈਨਲ 'ਤੇ ਜਿਹੜਾ ਹੈਗਾ ਉਹਦੇ ਵਿੱਚ ਇੱਕ ਗੱਲ ਕਹੀ ਗਈ ਕਿ ਆਪਣਾ ਫੌਜ ਨੇ ਆ ਕੇ ਕਿਹਾ ਹੈਗਾ ਕਿ ਇੱਦਾਂ ਦੀ ਕੋਈ ਸਰਜੀਕਲ ਸਟ੍ਰਾਈਕ ਹੋਈ ਨਹੀਂ ਹੈਗੀ, ਜੇ ਸੈਨਾ ਹੀ ਨਹੀਂ ਮੰਨਦੀ ਹੈਗੀ ਤਾਂ ਪਾਰਟੀ ਦੀ ਗੱਲ ਕੌਣ ਮੰਨੇਗਾ ਜੀ? ਨਹੀਂ, ਪਰ ਇਹ ਸਾਰਾ ਤੁਹਾਨੂੰ ਲੱਗਦਾ ਕਿ ਇਹ ਵਿਕਾਸ ਦਾ ਸਿਰਫ ਇਹੀ ਡੈਫੀਨੇਸ਼ਨ ਹੈ ਕਿ ਅਸੀਂ ਕਿੰਨੀ ਸਟ੍ਰਾਈਕ ਕਰਦੇ ਹਾਂ ਜਾ ਕੇ ਕਿੰਨੇ ਟੈਰਰਿਸਟ ਨੂੰ ਮਾਰ ਦਿੰਦੇ ਹਾਂ? ਨਹੀਂ, ਵਿਕਾਸ ਜਿਹੜਾ ਹੈਗਾ ਉਸ ਦਾ ਕੋਈ ਹੋਰ ਡੈਫੀਨੇਸ਼ਨ? ਵਿਕਾਸ ਦੀ ਡੈਫੀਨੇਸ਼ਨ ਮੈਂ ਤੁਹਾਨੂੰ ਦੱਸ
मैं देखा कि जिदा मुद्रा योजना हैगी है मुद्रा योजना के अच्छ 14 करोड़ तो ज़्यादा जोड़े ने बेनीफिशरीज है यूथ जोड़ा है कितने ना कि उन्होंने कम कार करने मिले ने असी डोर टू डोर भी गए हैं असी फील्ड भी कम करा है असी ये चीज़ देखी हैगी कि ना कि यूथ सोशल मीडिया से पूछ लेंगे भी सूँ लोन नहीं मिल रहा है देखो एक बड़ी सौखी जी चीज़ है मैं मेरा अपना जाना हो बैंक के जाके मैं पता करना चाहिए भी ये चीज़ किदा इलेक्शन कैंपेन भी मुद्रा योजना नहीं बिल्कुल होया जी मुद्रा योजना का होया है जनधन दूसरी गल है नैशनलिज्म की गल जो करते हैं राष्ट्रवाद की मैं लगता कि सारे राष्ट्रवाद जो है होना चाहिए भावना जगती है कोई जगा है मैं नहीं लगता पेट्रोल का भी मैं कह दिना थोड़ा मैं दस दिना देखो पेट्रोल जो प्राइस ने सारे पता है एक प्रोसेस है बदते घटते देखो राष्ट्रवाद जित गया कहा जा सकता पर गल समझांगे नहीं ना जी भी राष्ट्रवाद अपने आप च की फिर सानू अर्थ नहीं समझ पता लगता साडे देश दे विच जिहड़ा राष्ट्रवाद आ वो अपने आप दे विच सारे सूबियां नू उहनां दे बखरेवियां नू घट गिणतियां नू उहनां दीआं बोलियां नू उहनां नू दबाउण दा इक साधन बणिआ होइआ जदों भी कितें राष्ट्रवाद दी गल आउंदी आ उदों इक घट गिणती आ जिहड़ी उह क्यों निशाने ते आउंदी आ 1984 च वी राष्ट्रवाद दा मुद्दा आया सी देश नू खतरा इंदिरा गांधी इक रैली जम्मू करदी सी इक पठानकोट करदी सी देश दे दुश्मनां नू खतरा सिट्टा की निकलिया सिखां ते वड्डा हमला चोणां दे रिजल्ट की निकलिया हुंजा फिर जित ते उही राष्ट्रवाद आ जिहड़ा मोदी जी ने चक्किया चाहे वह बाबरी मस्जिद आ चाहे गुजरात दे दंगे ने देश नू खतरा वह देश नू खतरा कहिंदे सी राष्ट्र नू खतरा कहिंदे ने जदों तुसीं उस डिस्कोर च चलोगे तां 2 तों 82 सीटां भी आउणगीआं 82 तों बहु गिणती भी आऊ ते हुण की होया जी तुसीं देखो डिस्कोर्स सिरजिआ मोदी साहब ने 2014 च मुद्दिआं दा डिस्कोर्स सिरजिआ काले धन दा सिरजिआ नौकरी दा सिरजिआ है जी ते दूजा रुजगार दा सिरजिआ दूजा उन्होंने कहा अतवाद आ जिहड़ा उह इत्थे किवें आ जांदा जदों सरहदां ते साडा कंट्रोल आ अंदरे सारा कुछ किवें हो जांदा भ्रिष्टाचार दा सिरजिआ मुद्दिआं दा सिरजिआ ते उहनूं टिंज दित्ती राष्ट्रवाद दी भी देश आ जिहड़ा सुरक्षित हत्थां दे विच नहीं है 5 साल बीत गए मुद्दे उड़ गए जदों कहिंदे जवाब दिओ काला धन कित्थे आ जवाब दिओ नौकरी कित्थे आ जवाब दिओ सनअतां दा विकास कित्थे आ कित्थे आ बालाकोट सामने आ गया फिर डिस्कोर्स सिरजिआ उही घुसके मारेंगे यह जवाब नहीं है भी बालाकोट क्यों हो गया यह जवाब नहीं है भी 80-80 बंदे छत्तीसगढ़ च उत्थे किवें उड़दे ने इहदा कोई जवाब नहीं जिहड़ा कहिंदे किवें हो जांदा इह ते सारे कहे तो डिस्कोर्स घुसके मारेंगे ते सेना जिहड़ी जिहनूं देश दी सेना कहिंदे हो उह मोदी दी सेना बण गई ते शहीदां दे नां ते वोटां ते शरेआम तुसीं डिस्कोर्स जो सिरजिआ लोकां ने उहनूं हंगारा दित्ता मनणा चाहीदा दूजे पासे जिहड़ा डिस्कोर्स कांग्रेस सिरजण दी गल करदी सी उह लोकां नूं पाया नहीं इह ठीक आ जां गलत आ इहदा फैसला आउण वाले समें दे विच होणा ते उहदे विच 370 खत्म करांगे 35A खत्म करांगे उह सारीआं गल्लां ने ना जी ते कांग्रेस ते भारतीय जनता पार्टी इहनां दा नैरेटिव ते डिस्कोर्स आ जिहड़ा इन दी मेन सेम आ कोई बाहला च वखरेवा नहीं ਇਹੀ ਆ ਵੀ ਨਿਸ਼ਾਨੇ ਤੇ ਕਦੇ ਸਿੱਖ ਆ ਜਾਂਦੇ ਨੇ ਕਦੇ ਮੁਸਲਮਾਨ ਸਮੇਂ ਦਾ ਫਰਕ ਆ ਸਿਰਫ ਹਾਂ ਸਮੇਂ ਦਾ ਫਰਕ ਤੁਰਦੇ ਦੋਨੋਂ ਜਦ ਤਿੱਖ ਦਾ ਫਰਕ ਆ ਤੁਸੀਂ ਕਬੱਡੀ ਖੇਡਦੇ ਹੋ ਜੀ ਕਬੱਡੀ ਦੇ ਵਿੱਚ ਬਹੁਤ ਜ਼ਬਰਦਸਤ ਧਾਵੀ ਆ ਇੱਕ ਹੌਲੀ ਚੱਲਦਾ ਉਹ ਵੀ ਪੁਆਇੰਟ ਲੈ ਆਉਂਦਾ ਤੇ ਲੋਕਾਂ ਨੇ ਜਿਹੜਾ ਮਾਰਨ ਖੁੰਡਾ ਰਾਸ਼ਟਰਵਾਦ ਆ ਤੁਸੀਂ ਇਹ ਦੇਖੋ ਅੱਜ ਦੇਸ਼ ਦਾ ਹੋਮ ਮਿਨਿਸਟਰੀ ਸਾਰੇ ਦੇਸ਼ ਦੇ ਵਿੱਚ ਐਡਵਾਈਜ਼ਰੀ ਜਾਰੀ ਕਰਦੀ ਆ ਵੀ ਸੁਚੇਤ ਹੋ ਜਾਓ ਦੇਸ਼ 'ਚ ਦੰਗੇ ਹੋ ਸਕਦੇ ਆ ਇਹਦਾ ਮਤਲਬ ਤੁਸੀਂ ਜਿਹੜਾ ਮੈਂਡੇਟ ਲੈ ਰਹੇ ਹੋ ਕਾਹਦੇ ਆਧਾਰ 'ਤੇ ਲੈ ਰਹੇ ਹੋ ਦੰਗੇ ਕਾਹਦੇ ਆਧਾਰ 'ਤੇ ਹੋਣਗੇ ਪੋਸੀਬਿਲਟੀ ਕਾਹਦੀ ਸੀ ਜੇ ਕੁਛ ਨਾ ਹੁੰਦਾ
की पॉसिबिलिटी सी। सो इस करके ये आ जिहड़ा ये मुद्दियां दा डिस्कोर्स जिहड़े लोग कांग्रेस उन्हां दे खिलाफ नवा डिस्कोर्स नहीं उभार सकी। थोड़ा रौला की आ, सेना भारत की सेना, मोदी आए क्यों कहिंदा मेरी सेना, बड़ा बड़ा रौला नहीं। तुसीं कहिंदे हो घुसके मारिया, पहला भी यह हुंदा रहा, जदों तुसीं उन्हां दे पाले च जाके तुसीं खेडोगे चाहे वह कन्हैया कुमार आ, लगता यह भी बहुत परख च उड़ा दे। ये राष्ट्रवादियों की आपसी जिहड़ा मतभेद खेड सी उहदे विच इक मारन खुंडा राष्ट्रवाद आ। लोगों ने कहा भी भुला दो यार, सानू कुछ मिले ना मिले, पाकिस्तान नू निशाना बना के उन्हूं लोगों ने मैंडेट देता, कोई मनो ना मनो, कोई ABM का रौला नहीं। ABM का रौला एक जाली रौला यह जिहा खड़ा किया गया भी तां कि सियासत तो लोगों का ध्यान हटा दिए, तां कि लोग यह डिस्कस ना करन भी यार कि सियासत क्यों जीती, कि सियासत क्यों हारी। एक एडा फराड लोगों नाल खेडिया जा रहा भी गैर सियासी कर दो, उन्होंने तकनीकी मुद्दे पर फोकस कर दो। सो यह साबित हो गया बई भारत दे विच एक, देखो एक मिनट मैं एक सवाल ना ले लो, सवाल यह हैगा कि हुण जे राष्ट्रवाद डिस्कोर्स नैरेटिव तुसीं जिहदी गल कर रहे हो, इहदा मतलब है कि विरोधी पार्टी कोल हुण कोई इहो जिहा मुद्दा नहीं हैगा, विरोधी पार्टी दा लीडर बदलने चाहिए है जां विरोधी पार्टियां कोई होर नवां एक बदल चाहिए देश नूं? देखो देश नूं एक नवां बदल चाहिए जिहड़ा देश की हकीकत दे अनुसार होवे, जिहड़ा देश दे विच फेडरलिज्म दे आधार ते होवे। इह ने हुण इह तां प्रेजिडेंशियल चोण करा रहे ने, कांग्रेस राहुल गांधी नूं मूहरे कर रही आ, उह मोदी नूं कर रही आ, जिहड़ी साडे देश दीआं संविधान के भी उल्टा, समाजी हकीकतों के भी उल्टा। जिथे ओरिजिनल पार्टियां ने उन्होंने रजिस्टर किया उन्होंने आपका नैरेटिव है। सो तुहानू जदों तक तुसीं फैडरलिज्म का नैरेटिव नहीं सिरजदे उदों तक यह जिहड़ा मारन खुंडा राष्ट्रवाद आ, घट गिणतियां का दुश्मन आ, मारदा निशाने ते लैंदा जां इहनूं इक दुश्मन खड़ा करना पैंदा। देखो जिहड़ा फासिज़म आ उह कल्ला इह नहीं हुंदा वी लोकां नूं कुटदा मारदा, उह आपदे जुल्म नूं सही ठहराउण खातर एक समाजिक हिस्से की हमायत मंगदा। तो भारत दे विच वो समाजिक हिस्सा जिहड़ा वो हिंदू धर्म नूं मनण वालेयां दा जिहदे वल्लों हमेशा ही हमायत मिलदी आ, चाहे 83 दी गल कर लो चाहे बाबरी मस्जिद दी गल कर लो। पहला यही गल करके हटिया सीगा कि यह जिहड़ा मैंडेट है यह मैंडेट एक घट गिणतियां वास्ते बहुत वड्डा खतरा है और देश नूं जिहड़ी तोड़ भी सकदा किसी स्टेज दे उत्ते, क्योंकि जदों असीं हिंदू राष्ट्र की गल करांगे हिंदू राष्ट्र वालों वधांगे, क्योंकि BJP का और RSS का हमेशा तो एक नारा रहा है और कोशिश रही है कि असं हिंदू राष्ट्र बना। चलो मेरी तो उही मैं उहदे नाल ही तुहाडे मेरी मेरी गल का मतलब यह है भी देश है जिहड़ा एक बड़े खतरनाक मोड़ ते जा रहा जे ठीक है। जिहड़े इन्हां दे दूजे राष्ट्रवादी ने वह कहिंदे ने संविधान नूं खतरा, लोकतंत्र नूं खतरा, पर इदों पहलां इसे संविधान ते लोकतंत्र च उन्होंने 84 च की कीता सी जी, उत्थे की होया सी जी, उन्होंने भी यही किया सी। सो इस करके बुनियादी तौर पर साडे देश बारे सोच बदलने की लोड़ आ, रिजनलिज्म पार्टियां ने जिहड़े बखरेवें आ जिहड़ा अनेकता च एकता की लोड़ आ। रंजीता मेहता, खेतरी पार्टियां दे रोल नूं समझना पवेगा तां ही इस देश दे विच सियासत दा जिहड़ा तुलना जिहड़ी हैगी आ बैलेंस जिहड़ा हैगा उह तवाजन आ जिहड़ा उह विगड़िया होया ठीक हो सकदा है। खेतरी पार्टियां तुसीं तवज्जो नहीं दे रहे, सारे ईगो दे विच फसदे है ते इस ईगो दे विचाले देश दा नुकसान हो रहा। देखो मैं इस गल तो सहमत हाँ, जो खेतरी पार्टियां की गल की जाती है, अगर असी स्पेशली हरियाणा की गल करिए चाहे वह इंडियन नैशनल लोक दल जी कि इंडियन नैशनल लुटा दल बन गई है, तो नाल JJP है, तो चाहे LSP है, तो चाहे BSP है, ये लोगों ने चुनाव लड़िया ही नहीं। तुसीं ये देखो कि मैक्सिमम जगह के उपर ना इन्हों के बूथ से, ना इन्हों के बूथ एजेंट से, ना इन्होंने प्रचार प्रसार किया, ये पहले ही अपने हथियार ढाई बैठे से कि साडा इस चुनाव कोई होने वाला नहीं है। तो कितना कितने वह नुकसान भी लोकतंत्र में होंगे जदों विपक्षी पार्टियां पहले ही हार मांग के बह जाएं ने, सिर्फ कांग्रेस और BJP इलेक्शन लड़ी है, बाकी पार्टी खेतरी पार्टियां अगर हरियाणा की गल करें तो बिल्कुल भी उन्होंने चुनाव लड़िया नहीं है। मैं थोड़ा दसता रही हूँ, अगर असी सपोज कल हरियाणा की आप रोहतक सीट की गल करिए मुकाबला सारा 10,000 कदी उत्ते कदी नीचे चल रहा हैगा। उत्ते उत्ते अशोक तंवर दी भी गल करो ना, 2,22,391 वोट तो कांग्रेस दे प्रेजिडेंट उस खिडारी तो पिछड़ रहे ने जिहड़ी पहली बार अगे चोण लड़ रही है, सुनीता दुग्गल कोई स्ट्रांग कैंडिडेट नहीं सी। मैं तुहानू एग्जांपल ही तो देना चाहनी हां जनाब, जदों मोदी दी हड़ चल रही है तो सारे हड़ रहे हैं। रतन लाल कटारिया के गुमशुदा के पोस्टर से अपनी पार्टी इन्होंने हदायत दे दी थी कि तुम गांव च प्रचार करने वास्ते ना जाओ, लोग दरवाजे बंद कर रहे थे, बावजूद 1.5-2 लाख तो अगे चल रहे। कांग्रेस नूं आपदा लीडर बदलने की लोड़ है। मैं तुहानूं कि लीडर राहुल गांधी उन्ने समर्थ नहीं है कि मोदी लहर नूं पछाड़ सकन, मोदी नूं हरा सकन। जनाब मोदी नूं मोदी खुद ही हरावेगा। अज मोदी ने पूरे प्रदेश च यह काम करता है कि बेजुबान इमारतों नूं भी हिंदू मुसलमान करता है।
ਅੱਜ ਉਹਨਾਂ ਨੇ ਜਾਤੀਵਾਦ ਦਾ ਜ਼ਹਿਰ ਜਿਸ ਤਰੀਕੇ ਨਾਲ ਪ੍ਰਦੇਸ਼ਾਂ ਦੇ ਵਿੱਚ ਔਰ ਪੂਰੇ ਦੇਸ਼ ਚ ਪਾੜੇ ਹੈਗਾ ਇਹ ਮੈਂਡੇਟ ਜਾਤੀਵਾਦ ਦੇ ਜ਼ਹਿਰ ਤੇ ਆਇਆ ਬਿਲਕੁਲ ਜਾਤੀਵਾਦ ਦੇ ਜ਼ਹਿਰ ਤੇ ਆਇਆ ਫਿਕਰ ਬਾਬਾ ਜਾਤੀਵਾਦ ਦੇ ਜ਼ਹਿਰ ਤੇ ਮੈਂਡੇਟ ਆਇਆ ਕਾਂਗਰਸ ਇਲਜ਼ਾਮ ਹੈ ਪਹਿਲਾਂ ਤਾਂ ਮੈਂ ਇਹ ਕਹਿ ਦੇਣਾ ਚਾਹੁੰਦਾ ਇਦਾਂ ਦਾ ਕੁਝ ਨਹੀਂ ਹੈਗਾ ਇਹ ਮੈਂਡੇਟ ਜਿਹੜਾ ਹੈਗਾ ਹਿੰਦੁਸਤਾਨ ਦੇ ਜਿਹੜੇ ਬਹੁਤ ਹੀ ਸਮਝਦਾਰ ਜਿਹਨੂੰ ਆਪਾਂ ਵੋਟਰ ਕਹਿੰਦੇ ਆ ਉਹ ਵੋਟਰ ਨੇ ਸੋਚ ਸਮਝ ਕੇ ਪਾਇਆ ਹੈਗਾ ਦੂਜਾ ਬੈਂਸ ਸਾਹਿਬ ਦੀ ਮੈਂ ਗੱਲ ਕਰਾਂਗਾ ਇਹ ਕਹਿੰਦੇ ਹਿੰਦੂ ਰਾਸ਼ਟਰ ਬਣਾਉਣ ਦੀ ਗੱਲ ਆ ਖਤਰਾ ਹੈਗਾ ਤੇ ਮੈਂ ਉਹ ਹੀ ਕਹਿਣਾ ਚਾਹੁੰਦਾ ਬਈ ਰਾਮ ਮੰਦਿਰ ਦੀ ਵੀ ਇਹਨਾਂ ਨੇ ਗੱਲ ਕੀਤੀ ਸੀਗੀ ਰਾਮ ਮੰਦਿਰ ਲੋਕਾਂ ਦੀ ਆਸਥਾ ਦੇ ਨਾਲ ਜੁੜਿਆ ਹੋਇਆ ਮੁੱਦਾ ਹੈਗਾ ਔਰ ਰਾਮ ਮੰਦਿਰ ਜਿਹੜਾ ਹੈਗਾ ਉਹ ਜ਼ਰੂਰ ਬਣੇਗਾ ਦੂਸਰੀ ਗੱਲ ਇਹ ਇਨ ਦੇਸ਼ ਦੇ ਵਿੱਚ ਜਿਹੜੇ ਲੋਕ ਨੇ ਉਹਨਾਂ ਨੂੰ ਘਬਰਾਉਣ ਦੀ ਕੀ ਲੋੜ ਹੈ ਇਹ ਤਾਂ ਘਬਰਾਉਣ ਦੀ ਲੋੜ ਉਹਨਾਂ ਨੂੰ ਹੈ ਜਿਹੜੇ ਦੇਸ਼ 'ਤੇ ਬੁਰੀ ਨਜ਼ਰ ਰੱਖਦੇ ਨੇ ਜਿਵੇਂ ਪਾਕਿਸਤਾਨ ਹੈ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦਿੱਤਾ ਹੈਗਾ ਜੋ ਡਰ ਕੇ ਬੈਠਾ ਹੈਗਾ ਅਭਿਨੰਦਨ ਜਿਹੜਾ ਪਾਕਿਸਤਾਨ ਜਿਹੜਾ ਹੈਗਾ ਸਰਬਜੀਤ ਨੂੰ ਬਚਾ ਨਹੀਂ ਸਕੇ ਔਰ ਸਰਬਜੀਤ ਨੂੰ ਬਚਾ ਨਹੀਂ ਸਕੇ ਔਰ ਅਭਿਨੰਦਨ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸੰਸਦ ਦੇ ਵਿੱਚ ਬੋਲਦੇ ਨੇ ਕਿ ਅਸੀਂ ਜਿਹੜਾ ਹੈਗਾ ਇਹਨਾਂ ਨੂੰ ਅਸੀਂ ਵਾਪਸ ਭੇਜ ਰਹੇ ਹਾਂ ਔਰ ਬਕਾਇਦਾ ਬਾਇੱਜ਼ਤ ਉਹਨਾਂ ਨੂੰ ਵਾਪਸ ਭੇਜਿਆ ਜਾਂਦਾ ਹੈਗਾ ਇੰਨੀ ਘਬਰਾਹਟ ਕਿਉਂ ਹੈ ਮੋਦੀ ਦੇ ਨਾਮ ਤੋਂ ਜੇ ਮੋਦੀ ਤੇ ਤੁਹਾਨੂੰ ਲੱਗਦਾ ਮੋਦੀ ਵੇਵ ਚੱਲੀ ਆ ਜੇ ਮੋਦੀ ਮੋਦੀ ਸਾਰੀ ਜਨਤਾ ਨੂੰ ਪਤਾ ਹੈ ਕਿ ਪਹਿਲੇ ਦਿਨ ਉਹਨੂੰ ਅਭਿਨੰਦਨ ਭੇਜ ਇਹ ਫ੍ਰੈਂਡਲੀ ਮੈਚ ਜਿਹੜਾ ਕਹਿ ਰਹੇ ਹੋ ਇਹ ਨਵਜੋਤ ਸਿੰਘ ਸਿੱਧੂ ਕੈਪਟਨ ਸਾਹਿਬ ਨੂੰ ਕਹਿ ਰਹੇ ਨੇ ਫ੍ਰੈਂਡਲੀ ਮੈਚ ਜੋ ਪੰਜਾਬ ਦੇ ਵਿੱਚ ਪਾਕਿਸਤਾਨ ਦੇ ਨਾਮ ਤੇ ਤੁਸੀਂ ਗਲਤ ਕੋਟ ਕਰ ਰਹੇ ਹੋ ਤੁਸੀਂ ਕਿ ਪਾਕਿਸਤਾਨ ਐ ਹੋ ਰਿਹਾ ਮੋਦੀ ਸਾਹਿਬ ਤੋਂ ਘਬਰਾਉਣ ਦੀ ਕੀ ਲੋੜ ਹੈ ਤੁਸੀਂ ਮਨਮੋਹਨ ਸਿੰਘ ਜੀ ਦੇ ਨਾਮ ਤੋਂ ਕਿਉਂ ਨਹੀਂ ਵੋਟ ਮੰਗੀ ਤੁਸੀਂ ਰਾਹੁਲ ਗਾਂਧੀ ਦੇ ਨਾਮ ਤੋਂ ਵੋਟ ਕਿਉਂ ਨਹੀਂ ਮੰਗੀ ਮਾਲੀ ਸਾਹਿਬ ਇੱਕ ਮਿੰਟ ਕਰੋ ਮਾਲੀ ਸਾਹਿਬ ਮੈਨੂੰ ਇੱਕ ਚੀਜ਼ ਜ਼ਰੂਰ ਸਮਝਾਓ ਤੁਸੀਂ ਪਾਕਿਸਤਾਨ ਦੇ ਵਿੱਚ ਸਾਡੀਆਂ ਚੋਣਾਂ ਦਾ ਜ਼ਿਕਰ ਨਹੀਂ ਹੋ ਰਿਹਾ ਸਾਡੀਆਂ ਚੋਣਾਂ ਦੇ ਵਿੱਚ ਪਾਕਿਸਤਾਨ ਦਾ ਜ਼ਿਕਰ ਹੋ ਰਿਹਾ ਉਹਨਾਂ ਨੇ ਨਤੀਜੇ ਦੇਖਣ ਲਈ ਇੱਕ ਵੱਖਰੇ ਪ੍ਰਬੰਧ ਕੀਤੇ ਉਸ ਤੋਂ ਪਹਿਲਾਂ ਉੱਥੇ ਕੋਈ ਰੋਲਾ ਨਹੀਂ ਸੀਗਾ ਸਾਡੇ ਇੱਥੇ ਰੋਲਾ ਹੀ ਪਾਕਿਸਤਾਨ ਦਾ ਵਜ੍ਹਾ ਕੀ ਹੈ ਵੀ ਵਜ੍ਹਾ ਇਹ ਹੈ ਨਾ ਜੀ ਜਿਹੜੇ ਸਾਡਾ ਸੂਡੋ ਰਾਸ਼ਟਰੀਜ਼ਮ ਆ ਨਾ ਜੀ ਜਿਹੜਾ ਕਿਉਂਕਿ ਦੇਖੋ ਸਾਡਾ ਸੰਵਿਧਾਨ ਆ ਜਿਹੜਾ ਉਹ ਕਹਿੰਦਾ ਇੰਡੀਆ ਇਜ਼ ਏ ਯੂਨੀਅਨ ਆਫ ਸਟੇਟਸ ਰਾਜਾਂ ਦਾ ਸੰਘ ਆ ਇਹਦੇ ਆਧਾਰ ਤੇ ਜਦੋਂ ਤੁਸੀਂ ਰਾਜਨੀਤੀ ਜਾਂ ਡਿਸਕੋਰਸ ਨਹੀਂ ਸਿਰਜੋਗੇ ਇਹਨੂੰ ਦਬਾ ਕੇ ਫਿਰ ਤੁਹਾਨੂੰ ਇੱਕ ਜਾਅਲੀ ਦੁਸ਼ਮਣ ਖੜਾ ਕਰਨਾ ਪਊ ਜਾਲੀ ਦੁਸ਼ਮਣ ਕਹਿੰਦਾ ਕਿ ਪਾਕਿਸਤਾਨ ਇੱਕ ਜਾਲੀ ਦੁਸ਼ਮਣ ਕ੍ਰੀਏਟ ਕੀਤਾ ਜਗਾ ਕ੍ਰੀਏਟ ਕੀਤਾ ਗਿਆ ਪ੍ਰਧਾਨ ਮੰਤਰੀ ਪਾਕਿਸਤਾਨ ਸਾਰੇ ਦੁਸ਼ਮਣ ਰਿਹਾ ਫ੍ਰੈਂਡਲੀ ਮੈਚ ਕਰਦੇ ਤੁਸੀਂ ਪਾਕਿਸਤਾਨ ਨਹੀਂ ਨਹੀਂ ਇਹਦਾ ਨਹੀਂ ਦੇਖੋ ਮੇਰੀ ਗੱਲ ਸੁਣੋ ਵਾਜਪਾਈ ਦਾ ਵੀ ਇੱਕ ਡਿਸਕੋਰਸ ਸੀ ਨਾ ਜੀ ਜਿਨ੍ਹਾਂ ਨੇ ਕਿਹਾ ਸੀ ਗਵਾਂਢੀ ਬਦਲੇ ਨਹੀਂ ਜਾ ਸਕਦੇ ਗਵਾਂਢੀਆਂ ਨਾਲ ਪਿਆਰ ਨਾਲ ਤੇ ਸਹਿਯੋਗ ਨਾਲ ਰਹਿਣਾ ਪਊਗਾ ਪਾਕਿਸਤਾਨ ਤੇ ਸਾਡਾ ਟਕਰਾਅ ਹੋਇਆ ਤੇ ਇਹ ਤੁਸੀਂ ਭੁੱਲੋ ਨਾ ਵੀ ਪਾਕਿਸਤਾਨ ਦੇ ਦੋ ਟੁਕੜੇ ਵੀ ਅਸੀਂ ਕੀਤੇ ਹੋਏ ਨੇ ਨਾ ਜੀ ਹੁਣ ਤਾਂ ਆਪਾਂ ਉਹਨਾਂ ਦੀ ਛੋਟੀਆਂ ਗੱਲਾਂ ਦੀ ਕਰਦੇ ਹਾਂ ਤੁਸੀਂ ਮੁਕਤੀ ਵਾਹਿਨੀ ਦੇ ਨਾਂ ਤੇ ਉੱਥੇ ਭੇਜ ਕੇ ਸਾਰੀਆਂ ਜਨਰਲ ਸ਼ਵੇਗ ਸਿੰਘ ਉਹਨਾਂ ਦੀ ਅਗਵਾਈ 'ਚ ਫੌਜਾਂ ਤੋੜਿਆ ਨਾ ਪਾਕਿਸਤਾਨ ਉਹਨਾਂ ਦੀ ਵੀ ਕੋਈ ਚੁਈਸ ਆ ਨਾ ਤੁਹਾਡੇ ਤਾਂ ਕੋਈ ਮਾੜਾ ਜਿਹਾ ਹਮਲਾ ਹੋ ਜਾਂਦਾ ਤੁਸੀਂ ਤਾਂ ਝੰਗਿਆੜਾ ਮਾਰਨ ਲੱਗ ਜਾਂਦੇ ਹੋ ਹਾਏ ਉਹ ਮਾਰਤੇ ਪਾਕਿਸਤਾਨ ਨੇ ਹਮਲਾ ਕਰਤਾ ਤੇ ਤੁਸੀਂ ਉਹਦੇ ਦੋ ਟੁਕੜੇ ਕੀਤੇ ਹੋਏ ਨੇ ਉਹਨਾਂ ਦੇ ਐਂਗਲ ਤੋਂ ਤੁਸੀਂ ਦੇਖੋ ਉਹਨਾਂ ਨੂੰ ਵੀ ਕੋਈ ਚੀਜ਼ ਆ ਨਾ ਜੀ ਕੋਈ ਉਹਦੇ ਵਾਸਤੇ ਇੰਦਰਾ ਗਾਂਧੀ ਵਰਗੀ ਸੋ ਆਇਰਨ ਲੇਡੀ ਚਾਹੀਦੀ ਸੀ ਚਲੋ ਇਹ ਤੁਹਾਡੀ ਗੱਲ ਹੋ ਰਹਾ ਮੇਰਾ ਨੁਕਤਾ ਹੋ ਰਹਾ ਆਇਰਨ ਲੇਡੀ ਆ ਜਿਹੜੀ ਮੈਨੂੰ ਪਤਾ ਵੀ ਉਹਨੇ ਕੀ ਕੀਤਾ ਸਿੱਖਾਂ ਨਾਲ ਤੇ ਕੀ ਕੀਤਾ ਸਾਰੇ ਕਾਸੇ ਨਾਲ ਆਇਰਨਾ ਜੇ ਆਇਰਨ ਲੇਡੀ ਸੀ ਤੇ ਇਹ ਹੁਣ ਮੋਮ ਦਾ ਨਹੀਂ ਬਣਿਆ ਹੋਇਆ ਮੋਦੀ ਇਹ ਕਹਿੰਦਾ ਮੈਂ ਉਦੋਂ ਵੀ ਆਇਰਨਾ ਜੇ ਆਇਰਨ ਦੀ ਲੜਾਈ ਆ ਤੁਹਾਡੀ ਤਾਂ ਹੀ ਤਾਂ ਹਾਲ ਆ ਤੁਹਾਡਾ ਤੁਸੀਂ ਜਦੋਂ ਤੱਕ ਡੈਮੋਕਰੈਟਿਕ ਨਹੀਂ ਹੁੰਦੇ ਜਦੋਂ ਤੁਸੀਂ ਪ੍ਰੋ ਪੀਪਲ ਨਹੀਂ ਹੁੰਦੇ ਜਦੋਂ ਤੱਕ ਤੁਸੀਂ ਜਵਾਬਦੇਹ ਨਹੀਂ ਹੁੰਦੇ ਤੁਸੀਂ ਮੋਦੀ ਨਾਲ ਕਿਵੇਂ ਲੜ ਲਓਗੇ ਜੀ ਉਹਦੇ ਪਾਲੇ 'ਚ ਜਾ ਕੇ ਤੁਸੀਂ ਲੜਿਓ ਤੇ ਤੁਹਾਡਾ ਜਲੂਸ ਕੱਢ ਕੇ ਰੱਖਤਾ ਉਹਨੇ ਤੁਸੀਂ ਨੈਰੇਟਿਵ ਉਹਦੇ ਮੁਕਾਬਲੇ ਸਿਰਜੇ ਨਹੀਂ ਸਕੇ ਕਿਉਂਕਿ ਤੁਸੀਂ ਆਪ ਛਿੜਕੇ ਹੋ ਉਸ ਗੱਲ ਤੋਂ ਜਿਹੜੀ ਮੈਂ ਗੱਲ ਕਰਦਾ ਸੀ ਪਾਕਿਸਤਾਨ ਆ ਜਿਹੜਾ ਉਹਦਾ ਪ੍ਰਧਾਨ ਮੰਤਰੀ ਕਹਿੰਦਾ ਜੰਗ ਲੱਗ ਨਹੀਂ ਸਕਦੀ ਲੜਾਈ ਹੋ ਨਹੀਂ ਸਕਦੀ ਕਰ ਲਓ ਜੋ ਕਰਨਾ ਕਿਉਂਕਿ ਅਸੀਂ ਆਹ ਸਿਚੁਏਸ਼ਨ 'ਚ ਪਹੁੰਚੇ ਹੋਏ ਹਾਂ ਵੀ ਜੰਗ ਨਹੀਂ ਲੱਗ ਸਕਦੀ ਸਾਨੂੰ ਮਸਲੇ ਸੁਲਝਾਉਣੇ ਹੀ ਪੈਣਗੇ ਇਹੀ ਸਹੀ ਪਹੁੰਚ ਆ ਤੁਸੀਂ ਤੁਹਾਨੂੰ ਇਹ ਗਵਾਰਾ ਨਹੀਂ ਹੁੰਦੀ ਪਹੁੰਚ ਤੁਸੀਂ ਤੁਹਾਨੂੰ ਪਤਾ ਵੀ ਜੇ ਲੋਕਾਂ ਨੂੰ ਮੁੱਦਿਆਂ ਤੋਂ ਭਟਕਾਉਣਾ ਇੱਕ ਦੁਸ਼ਮਣ ਖੜਾ ਕਰੋ ਆਰਐਸਐਸ ਆ ਜਿਹੜਾ ਜੀ 2 ਸਾਲ ਪਹਿਲਾਂ ਆਰਐਸਐਸ ਨੇ ਬਿਆਨ ਦਿੱਤਾ ਸੀ ਦਿੱਲੀ 'ਚ ਵੀ ਅਸੀਂ ਤਾਂ ਅਖੰਡ ਭਾਰਤ ਦੇ ਹੱਕ 'ਚ ਅਸੀਂ ਤਾਂ ਕਨਫੈਡਰੇਸ਼ਨ ਦੇ ਹੱਕ 'ਚ ਅਸੀਂ ਤਾਂ ਚਾਹੁੰਦੇ ਵੀ ਪੁਰਾਣਾ ਭਾਰਤ ਆ ਜਿਹੜਾ ਜਿਹਦੇ 'ਚ ਪਾਕਿਸਤਾਨ ਬੰਗਲਾਦੇਸ਼ ਆ ਇੱਕ ਕਨਫੈਡਰੇਸ਼ਨ ਦੇ ਰੂਪ ਦੇ ਵਿੱਚ ਹੋਵੇ ਇਹਨਾਂ ਦਾ ਕੀ ਆ ਨਾ ਜੀ ਇਹਨਾਂ ਦੇ ਕੀ ਆ ਇਹ ਤਾਂ ਬਗਲ 'ਚ ਛੁਰੀ ਮੂੰਹ 'ਚ ਰਾਮ ਰਾਮ ਹਾਥੀ ਦੇ ਦਮ ਖਾਣ ਦੇ ਹੋਰ ਦਿਖਾਉਣ ਦੇ ਹੋਰ ਕਰਦੇ ਨੇ ਪਿਆਰ ਦੀ ਗੱਲ ਅਤੇ ਉਹ ਕਰਦੇ ਨੇ ਹੁਣ ਇਹੀ ਮੋਦੀ ਤੁਹਾਡੇ ਸਾਹਮਣੇ ਪਾਕਿਸਤਾਨ ਨਾਲ ਪਿਆਰ ਦੀਆਂ ਗੱਲਾਂ ਕਰੂਗਾ ਕਿਉਂਕਿ ਦੇਸ਼ ਦੇ ਵਿੱਚ ਹੁਣ ਹੋਰ ਤਰ੍ਹਾਂ ਦੇ ਮਾਹੌਲ ਦੀ ਲੋੜ ਪੈਣੀ ਹੈ ਨਾ ਜੀ ਹੁਣ ਜੇ ਕਨਫਲਟੇਸ਼ਨ ਦਾ ਮਾਹੌਲ ਤੁਸੀਂ ਦੇਸ਼ ਦੇ ਵਿੱਚ ਰੱਖੋਗੇ ਕੋਈ ਵਿਕਾਸ ਕੋਈ ਗੱਲਾਂ ਉਹ ਨਹੀਂ ਹੋਣੀ ਆ ਇਹ ਆਹੀ ਜਿਹੜਾ 35 ਨੂੰ ਅਸੀਂ ਕਹਿੰਦੇ ਨਾ ਜੀ ਲੋਕਾਂ ਨੇ ਮਹਾਨ ਫਤਵਾ ਦਿੱਤਾ ਇਹ ਤੁਹਾਨੂੰ ਡਾਊਨ ਜਾਊਗਾ ਇਸ ਕਰਕੇ ਪਾਕਿਸਤਾਨ ਕੋਈ ਸਾਡਾ ਦੁਸ਼ਮਣ ਨਹੀਂ ਤੁਸੀਂ ਇਹ ਦੱਸੋ ਜੀ ਜਦੋਂ ਦੇਸ਼ ਦੀ ਗੱਲ ਆਉਂਦੀ ਆ ਪੰਜਾਬ ਆ ਜਿਹੜਾ ਉਹੀ ਬਲਦੀ ਦੇ ਉੱਥੇ ਕਿਉਂ ਆਉਂਦਾ ਹੁਣ ਤਾਂ ਚਲੋ ਹੋ ਗਿਆ ਜੰਗ ਕਿਤੇ ਲੜਦੀ ਆ ਵਾਹਗਾ ਬਾਰਡਰ ਦੀਆਂ ਤਣੀਆਂ ਕੱਸ ਦਿੰਦੇ ਹੋ ਤੁਸੀਂ ਕਰਾਚੀ ਅਤੇ ਮੁੰਬਈ ਦਾ ਵਪਾਰ ਕਦੇ ਨਹੀਂ ਬੰਦ ਤੁਸੀਂ ਕਰਦੇ ਜੀ ਤੁਹਾਡਾ ਹੋਰ ਕੋਈ ਟਾਈ ਨਹੀਂ ਬੰਦ ਹੁੰਦੀ
ਜਾਂ ਕਾਂਗਰਸ ਦੇ ਹੱਕ 'ਚ ਮੈਂਡੇਟ ਹੈ? ਪਹਿਲੀ ਗੱਲ, ਇਹ ਜਿਹੜਾ ਮੈਂਡੇਟ ਆ ਇਹ ਰਾਸ਼ਟਰਵਾਦ ਦੇ ਖਿਲਾਫ ਮੈਂਡੇਟ ਆ, ਬਹੁਤ ਸਿੱਧਾ। ਇਹਨਾਂ ਨੇ ਕਿਹਾ ਵੀ ਜਿਹੜਾ ਨੈਰੇਟਿਵ ਤੁਸੀਂ ਸਿਰਜ ਰਹੇ ਹੋ ਇਹ ਪੰਜਾਬ ਨੂੰ ਸੂਟ ਨਹੀਂ ਕਰਦਾ, ਇਹ ਸਾਨੂੰ ਪ੍ਰਵਾਨ ਨਹੀਂ, ਚਾਹੇ ਉਹ ਕਾਂਗਰਸ ਆ ਜਾਂ ਹੋਰ ਆ। ਦੇਖੋ ਪੰਜਾਬ ਦਾ ਨੈਰੇਟਿਵ ਆ ਜਿਹੜਾ, ਪੰਜਾਬ ਦੇ ਵਿੱਚ ਮੋਦੀ ਲਹਿਰ ਨਾ ਪਹਿਲਾਂ ਚੱਲੀ ਆ ਨਾ ਹੁਣ ਚੱਲੀ ਆ, ਪੰਜਾਬ ਹੋਰ ਇਸ਼ੂ ਆ। ਕੈਪਟਨ ਅਮਰਿੰਦਰ ਸਿੰਘ ਦਾ ਇੱਥੇ ਹੋਣਾ, ਨਵਜੋਤ ਸਿੰਘ ਸਿੱਧੂ ਦਾ ਇੱਥੇ ਹੋਣਾ, ਠੀਕ ਆ, ਆਪਸੀ ਉਹਨਾਂ ਦੀਆਂ ਵਿਰੋਧ ਆਈਆਂ ਨੇ, ਉਹਦੇ ਵਿੱਚ ਮੋਦੀ ਨਾ ਵੇਵ ਹੈਗੀ ਆ, ਨਾ ਉਹ ਨੈਰੇਟਿਵ ਇੱਥੇ ਹੈਗਾ। ਪੰਜਾਬ ਨੇ ਦੱਸਿਆ ਵੀ ਸਾਨੂੰ ਕਿਸੇ ਹੋਰ ਚੀਜ਼ ਦੀ ਲੋੜ ਆ, ਜਿਹੜੀਆਂ ਗੱਲਾਂ ਤੁਸੀਂ ਕਰਦੇ ਹੋ ਸਾਨੂੰ ਪੰਜਾਬ ਨੂੰ ਸੂਟ ਨਹੀਂ ਕਰਦੀਆਂ, ਚਾਹੇ ਉਹ ਕਿਸੇ ਦੀ ਅਗਵਾਈ ਦੇ ਵਿੱਚ ਵੀ ਉਹਨਾਂ ਨੇ ਦਿੱਤਾ। ਸੁਖਿੰਦਰ ਭੈਣ ਸਾਹਿਬ, ਤੁਸੀਂ ਵੀ ਇਤਫਾਕ ਰੱਖਦੇ ਹੋ ਮਾਲੀ ਸਾਹਿਬ ਦੀ ਇਸ ਗੱਲ? ਮੈਂ ਤਾਂ ਪਹਿਲਾਂ ਵੀ ਕਹਿ ਕੇ ਹਟਿਆ ਕਿ ਦੇਖੋ ਪੰਜਾਬ ਦੇ ਵਿੱਚ ਜਿਹੜੀ ਇਲੈਕਸ਼ਨ ਹੈ ਉਹ ਡਿਫਰੈਂਟ ਮੁੱਦਿਆਂ 'ਤੇ ਲੜੀ ਗਈ ਹੈ। ਐਂਟੀ ਇਨਕੰਬੈਂਸੀ ਇੰਨੀ ਜ਼ਿਆਦਾ ਹੈ ਪੰਜਾਬ 'ਚ ਕਾਂਗਰਸ ਦੇ ਖਿਲਾਫ਼, ਉਹਦੇ ਬਾਵਜੂਦ ਕਾਂਗਰਸ ਲੈ ਰਹੀ ਹੈ। ਉਹਦਾ ਇੱਕ ਤਾਂ ਕਾਰਨ ਇਹ ਵੀ ਸੀਗਾ ਕਿ ਪੰਜਾਬ ਦੇ ਲੋਕਾਂ ਨੇ ਦੇ ਕੋਲ ਤਾਂ ਅਲਟਰਨੇਟਿਵ ਕੋਈ ਨਹੀਂ ਹੈਗਾ। ਜਿਹੜੀ ਬੀਜੇਪੀ ਅਕਾਲੀ ਦਲ ਨੂੰ ਵੋਟ ਪਾਉਣਾ ਨਹੀਂ ਚਾਹੁੰਦੇ, ਹੋਰ ਕੋਈ ਅਲਟਰਨੇਟਿਵ ਹੈ ਨਹੀਂ, ਸੋ ਇੱਕ ਲੈ ਦੇ ਕੇ ਕਾਂਗਰਸ ਰਹਿ ਜਾਂਦੀ ਸੀਗੀ। ਔਰ ਕਾਂਗਰਸ ਹੀ ਮੈਨੂੰ, ਕਿਉਂਕਿ ਹੋਰ ਅਲਟਰਨੇਟਿਵ ਨਾ ਹੋਣ ਕਰਕੇ ਲੋਕਾਂ ਨੇ ਵੋਟ ਪਾਈ ਹੈ। ਔਰ ਜਿਹੜੀ ਅਸੈਂਬਲੀ ਇਲੈਕਸ਼ਨ ਅਗਲੀ ਹੋਣਗੀ, ਇਸਨੇ ਇਹਨੂੰ ਅਸੈਂਬਲੀ ਇਲੈਕਸ਼ਨ ਦੇ ਵਿੱਚ ਟੋਟਲੀ ਡਿਫਰੈਂਟ ਨਤੀਜੇ ਆਉਣਗੇ। ਮੈਨੂੰ ਤਾਂ ਇਹ ਲੱਗਦਾ ਰਿਹਾ ਕਿ ਪੰਜਾਬ ਦੀ ਜਿਹੜੀ ਸਿਆਸਤ ਵੀ ਹੁੰਦੀ ਰਹੀ ਹੈ ਉਹ ਅਗਲੀਆਂ ਵਿਧਾਨ ਸਭਾ ਚੋਣਾਂ ਦੇ ਲਈ ਹੁੰਦੀ ਰਹੀ, ਲੋਕ ਸਭਾ ਚੋਣਾਂ ਲਈ ਤਾਂ ਹੋਈ ਲੋਕ ਸਭਾ ਜਿਹੜੀਆਂ ਪਾਰਟੀਆਂ ਵੀ ਆਪ ਹੈ, ਭਾਵੇਂ PDA ਹੈ ਜਾਂ ਇਹ ਸਾਰੀਆਂ ਜਿਹੜੀਆਂ ਨਾ ਅਕਾਲੀ ਦਲ ਵੀ ਬਣ, ਉਹ ਅਸੈਂਬਲੀ ਚੋਣਾਂ ਨੂੰ ਅੱਗੇ ਰੱਖ ਕੇ ਲੜ ਰਿਹਾ, ਰਿਵਾਈਵਲ ਵਾਸਤੇ ਅਕਾਲੀ ਦਲ ਲੜ ਰਿਹਾ ਸੀਗਾ ਸਾਡੀ ਰਿਵਾਈਵਲ ਹੋ ਜਾਵੇ। ਆਪ ਵਾਸਤੇ ਵੀ ਇੱਕ ਇਸ਼ੂ ਸੀਗਾ ਕਿ ਅਸੀਂ ਕਿਸੇ ਤਰੀਕੇ ਨਾਲ ਆਪਣੀ ਜਿਹੜੀ ਖੋਈ ਹੋਈ ਗਰਾਊਂਡ ਹੈ ਵਾਪਸ ਲੈ ਲਈਏ। PDA ਇੱਕ ਨਵਾਂ ਅਲਟਰਨੇਟਿਵ ਦੇਣ ਦੀ ਕੋਸ਼ਿਸ਼ ਕਰ ਰਿਹਾ ਸੀਗਾ ਕਿ ਅਸੀਂ ਆਪ ਦਾ ਬਦਲ ਬਣ ਜਾਈਏ। ਇਹ ਗੱਲ ਸਹੀ ਹੈ ਕਿ ਪੰਜਾਬ 'ਚ ਤੀਜੇ ਬਦਲ ਦੀ ਜਗ੍ਹਾ ਹੈਗੀ ਆ, ਉਹਨੂੰ ਭਰਨ ਵਾਸਤੇ ਜਿਹੜੇ ਸਾਡੇ ਕੋਲ ਹੁਸ਼ਿਆਰਪੁਰ ਦੀ ਅਪਡੇਟ ਦੇ ਦਈਏ, ਉੱਥੇ ਇੱਕ MLA ਨੇ ਦੂਜੇ MLA ਨੂੰ ਹਰਾ ਦਿੱਤਾ ਅਤੇ MP ਬਣ ਗਏ ਨੇ। ਸੋਮ ਪ੍ਰਕਾਸ਼ ਸਾਬਕਾ IAS, ਉਹਨਾਂ ਨੇ ਡਾਕਟਰ ਰਾਜ ਕੁਮਾਰ ਚੱਬੇਵਾਲ ਨੂੰ ਹਰਾ ਦਿੱਤਾ ਹੁਸ਼ਿਆਰਪੁਰ ਦੇ ਵਿੱਚ, ਇੱਕ ਜਿਹੜਾ ਸਾਫ਼ ਨਤੀਜਾ ਆ ਚੁੱਕਿਆ। ਗਗਨ, ਸਵਾਲ ਇਹ ਹੈਗਾ ਵਿਕਰਮ, ਤੁਸੀਂ ਜਿਹੜੇ ਪਾਕਿਸਤਾਨ ਨੂੰ ਕਹਿੰਦੇ ਹੋ ਉਹ ਤਾਂ ਸਦਾ ਤੋਂ ਹੀ ਦੁਸ਼ਮਣ ਰਿਹਾ, ਉਸ ਪਾਕਿਸਤਾਨ ਦੇ PM ਦਾ ਜਦੋਂ ਇੱਕ ਬਿਆਨ ਆਉਂਦਾ, ਇਮਰਾਨ ਖਾਨ ਕਹਿੰਦੇ ਨੇ ਕਿ ਭਾਰਤ ਵਿੱਚ ਜੇਕਰ BJP ਦੀ ਸਰਕਾਰ ਬਣੇਗੀ ਤਾਂ ਗੱਲਬਾਤ ਹੋਰ ਅੱਗੇ ਚੱਲੇਗੀ, ਹੋਰ ਅੱਗੇ ਰਿਸ਼ਤੇ ਜਿਹੜੇ, ਉਸ 'ਤੇ ਪੂਰੀ BJP 'ਚੋਂ ਕੋਈ ਰਿਐਕਸ਼ਨ ਨਹੀਂ ਦਿੰਦਾ? ਦੇਖੋ ਜੀ, ਗੱਲ ਇੱਦਾਂ ਹੈਗੀ ਹੈ, ਜਿੱਦਾਂ ਸਾਡੇ ਬੜੇ ਸੀਨੀਅਰ ਬਜ਼ੁਰਗਾਂ ਨੇ ਇਹ ਗੱਲ ਦੱਸੀ ਹੈਗੀ ਹੈ, ਬਿਲਕੁਲ ਠੀਕ ਹੈ। ਦੋ ਤਰੀਕੇ ਨਾਲ ਦੇਖੋ ਗੱਲ ਹੁੰਦੀ ਹੈ, ਇੱਕ ਟੇਬਲ ਟਾਕ ਹੋ ਗਈ, ਇੱਕ ਵਾਰ ਹੋ ਗਈ। ਵਾਜਪੇਈ ਜੀ ਨੇ 99 ਦੇ ਵਿੱਚ ਬੜੀ ਇੱਕ ਇਮਾਨਦਾਰ ਕੋਸ਼ਿਸ਼ ਕੀਤੀ ਸੀ, ਗੁਆਂਢੀ ਮੁਲਕ ਹੈਗਾ ਵੀ ਉਹਦੇ ਨਾਲ ਪਿਆਰ ਨਾਲ ਜਿਹੜਾ ਹੈਗਾ ਇੱਕ ਰਿਲੇਸ਼ਨ ਮੇਨਟੇਨ ਕਰਕੇ ਅਤੇ ਕੂਟਨੀਤਿਕ ਜਿਹਨੂੰ ਆਪਾਂ ਕਹਿ ਸਕਦੇ ਹਾਂ ਉਹ ਤਰੀਕੇ ਨਾਲ ਇਹਨੂੰ ਕਰਿਆ ਜਾਏ, ਪਰ ਮਿਲਿਆ ਕੀ? ਕਾਰਗਿਲ। ਉਸ ਤੋਂ ਬਾਅਦ ਜਦੋਂ ਪਾਕਿਸਤਾਨ ਕੋਈ ਨਾ ਕੋਈ ਹਰਕਤ ਕਰਦਾ ਹੈਗਾ, ਸਾਡੇ ਫੌਜੀ ਸ਼ਹੀਦ ਹੁੰਦੇ ਨੇ, ਨਵਾਜ਼ ਸ਼ਰੀਫ ਨੂੰ ਮਿਲ ਕੇ ਸੀ, ਉਸ ਤੋਂ ਬਾਅਦ ਕੀ ਮਿਲਿਆ? ਹੁਣ ਜਦੋਂ ਉਹਨਾਂ ਨੇ ਸਾਡੇ ਫੌਜੀ ਭਰਾ ਜਿਹੜੇ ਨੇ ਸ਼ਹੀਦ ਹੋਏ, ਤੇ ਫਿਰ ਦੇਸ਼ ਦਾ ਕੋਈ ਵੀ ਪ੍ਰਧਾਨ ਮੰਤਰੀ ਹੋਵੇ, ਕੋਈ ਵੀ ਸਰਕਾਰ ਹੋਵੇ, ਉਹ ਚੁੱਪ ਕਰਕੇ ਨਹੀਂ ਬੈਠ ਨਾਲ ਜਿਹੜਾ ਹੈਗਾ ਮੂੰਹ ਤੋੜ ਜਵਾਬ ਦਿੱਤਾ ਗਿਆ। ਔਰ ਪਾਕਿਸਤਾਨ ਨੂੰ ਇਹ ਚੀਜ਼ ਪਤਾ ਸੀਗੀ ਕਿ ਜੰਗ ਅਸੀਂ ਕਰ ਨਹੀਂ ਸਕਦੇ, ਅਸੀਂ ਮਾਰੇ ਗਏ, ਤਾਂ ਹੀ ਬਾਇਜ਼ਤ ਹੋ ਕੇ ਉਹਨਾਂ ਨੇ ਜਿਹੜਾ ਹੈਗਾ ਕੈਪਟਨ ਅਭਿਨੰਦਨ ਨੂੰ ਅਗਲੇ ਦਿਨ ਵਾਪਸ ਭੇਜਿਆ। ਤੁਹਾਡੀ ਗੱਲ ਮੈਂ ਮੰਨ ਲੈਂਦਾ, ਪਰ ਮੋਦੀ ਸਾਹਿਬ ਇਹ ਵੀ ਕਹਿੰਦੇ ਸੀ ਵੀ ਹਕੂਮਤ ਤੁਹਾਡੀ ਆ, ਫੌਜ ਤੁਹਾਡੀ ਆ, ਸਰਹੱਦਾਂ 'ਤੇ ਤੁਹਾਡਾ ਕਬਜ਼ਾ, ਆਹ ਕੁਛ ਆ, ਅੱਤਵਾਦੀ ਕਿਵੇਂ ਅੰਦਰ ਆ ਕੇ ਕਰ ਜਾਂਦੇ ਨੇ? ਮਨਮੋਹਨ ਸਿੰਘ ਜੀ ਜਵਾਬ ਦੇਵੇ, ਬਾਲਾਕੋਟ ਕਿਉਂ ਵਾਪਰ ਗਿਆ, ਇਹਦੀ ਅੱਜ ਤੱਕ ਕਿਸੇ ਨੇ ਜਵਾਬ ਦਿੱਤਾ? ਦੇਖੋ, ਕਿਤੇ ਨਾ ਕਿਤੇ ਕਮੀ ਰਹੀ, ਇੰਟੈਲੀਜੈਂਸ ਫੇਲਰ ਜ਼ਰੂਰ ਰਿਹਾ, ਚਾਹੇ ਉਹ ਬੰਬੇ ਦੇ ਵਿੱਚ 2008 ਦੇ ਵਿੱਚ ਹਮਲਾ ਹੋਇਆ। ਸਟੂਡੀਓ ਵਿੱਚ ਬੈਠ ਕੇ ਬਹੁਤ ਵੱਡੀਆਂ ਗੱਲਾਂ ਕਰ ਸਕਦੇ ਹਾਂ ਵੀ ਲੜਾਈ ਮਸਲੇ ਦਾ ਹੱਲ ਹੁੰਦਾ, ਪਰ ਸਵਾਲ ਹੈ ਸਰਹੱਦੀ ਪਿੰਡਾਂ 'ਚ ਕਦੇ ਜਾਓ, ਉੱਥੇ ਪੁੱਛ ਕੇ ਦੇਖਿਆ ਕਰੋ, ਜਿਨ੍ਹਾਂ ਦੇ ਪਿੰਡ, ਜਿਨ੍ਹਾਂ ਦੇ ਖੇਤ ਉਜਾੜੇ ਜਾਂਦੇ ਆ, ਜਿਨ੍ਹਾਂ ਨੂੰ ਵਾਰ ਵਾਰ ਉੱਥੋਂ ਪਾਸੇ ਕੀਤਾ ਜਾਂਦਾ ਕਿ ਜੰਗ ਲੱਗਣ ਵਾਲੀ, ਡਰਾਇਆ ਜਾਂਦਾ। ਦੇਖੋ, UN ਦੇ ਵਿੱਚ ਬੈਠ ਕੇ ਉਹਨਾਂ ਨੂੰ ਜਾ ਕੇ ਮਿਲੋ, ਪੰਜਾਬ ਫੋਰਮ ਤੇ ਜਦੋਂ ਮੁੱਦਾ ਉਠਾਇਆ ਜਾਂਦਾ, ਉਹਨਾਂ ਤੇ ਪ੍ਰੈਸ਼ਰ ਬਣਾਇਆ ਜਾਂਦਾ, ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਦੇਖੋ, ਕਹਿਣਾ ਸੌਖਾ ਹੁੰਦਾ ਜੰਗ। ਹਾਂ, ਇੱਕ ਲੇਖਕ ਨੇ ਲਿਖਿਆ ਵੀ ਦੁਨੀਆ ਦੇ ਵਿੱਚ ਸਭ ਤੋਂ ਵੱਡਾ ਭਾਰ ਕੀ ਆ, ਉਹਦਾ ਜਵਾਬ ਸੀ ਸਭ ਤੋਂ ਵੱਡਾ ਭਾਰ ਇਹ ਆ ਜਦੋਂ ਬਾਪ ਦੇ ਮੋਢਿਆਂ ਤੇ ਪੁੱਤ ਦੀ ਅਰਥੀ ਟਿਕਦੀ ਆ। ਜਦੋਂ ਤੁਸੀਂ ਜੰਗ ਦਾ ਸੱਦਾ ਦਿੰਦੇ ਹੋ, ਤੁਸੀਂ ਲੋਕਾਂ ਨੂੰ ਸੱਦਾ ਦਿੰਦੇ ਹੋ, ਹੁਣ ਪੁੱਤਾਂ ਦੀਆਂ ਅਰਥੀਆਂ ਆਉਣਗੀਆਂ, ਆਪਣੇ ਮੋਢੇ ਤਿਆਰ ਕਰ ਲਓ, ਤੇ ਪੰਜਾਬ ਤੇ ਹਰਿਆਣਾ ਦੇ ਉਹਨਾਂ ਬਾਪਾਂ ਨੂੰ ਪੁੱਛ ਕੇ ਦੇਖੋ ਵੀ ਤੁਸੀਂ ਸੱਦਾ ਕੀ ਦਿੰਦੇ ਹੋ। ਮੈਂ ਬੇਨਤੀ ਅਰਜ਼ ਕਰਾਂਗਾ, ਤੁਸੀਂ ਉਹਨਾਂ ਨੂੰ ਵੀ ਦੇਖੋ ਜਿਹੜੇ ਪਰਿਵਾਰ ਦੇ ਫੌਜੀ ਭਰਾ ਸ਼ਹੀਦ ਹੋਏ ਨੇ, ਉਹਨਾਂ ਦੇ ਵੀ ਬਾਪ ਜਿਹੜੇ ਦੀ ਜਿਹੜੀ ਸਰਕਾਰ ਹੈ ਉਹ ਸੁਰੱਖਿਅਤ ਹੱਥਾਂ ਦੇ ਵਿੱਚ ਹੈਗਾ, ਔਰ ਉਹ 56 ਇੰਚ ਦਾ ਜਿਹੜਾ ਸੀਨਾ ਮੋਦੀ ਜੀ ਦਾ ਹੈਗਾ ਉਹ ਪੂਰੀ ਤਰ੍ਹਾਂ ਪਰਫੈਕਟ ਹੈ। ਜੇ ਪਾਕਿਸਤਾਨ ਜਾਂ ਹੋਰ ਕੋਈ ਮੁਲਕ ਜਿਹੜਾ ਹੈਗਾ ਉਹ ਕਦੇ ਵੀ ਇਦਾਂ ਦੀ ਕੋਈ ਹਰਕਤ ਕਰਨ ਦੀ ਕੋਸ਼ਿਸ਼ ਕਰਦਾ, ਉਹਨਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਜਾਏਗਾ। ਸੁਰੱਖਿਅਤ ਹੱਥਾਂ 'ਚ ਹੁੰਦਾ ਤਾਂ ਬਾਲਾਕੋਟ ਨਾ ਹੁੰਦਾ। ਚਲੋ, ਇੱਕ ਇੱਕ ਜਿਹੜੇ ਜਿਹੜੇ ਉੱਥੇ
ਲੱਭਦੀਆਂ ਨੇ। ਚਲੋ ਇੱਕ ਛੋਟਾ ਜਿਹਾ 10 ਸਾਲ ਛੋਟਾ ਬਲੇ ਹੁੰਦੇ ਰਹੇ ਵਿਕਰਮ ਸੀਗੀ ਉਦੋਂ ਵੀ ਕਈ ਵਾਰ ਪਰ ਹੁਣ ਦਿੱਤਾ ਗਿਆ ਛੋਟਾ ਜਿਹਾ ਬ੍ਰੇਕ ਲੈਣਾ ਬ੍ਰੇਕ ਤੋਂ ਵਾਪਸ ਆਵਾਂਗੇ। ਸਾਡੇ ਜਵਾਨਾਂ ਦੇ ਨਾਮ ਤੇ ਸਿਆਸਤ ਕਿਉਂ ਹੋ ਰਹੀ ਹੈ, ਸਰਹੱਦਾਂ ਦੇ ਨਾਮ ਤੇ ਸਿਆਸਤ ਕਿਉਂ ਹੋ ਰਹੀ ਹੈ, ਸਵਾਲ ਬੜੇ ਮਹੱਤਵਪੂਰਨ ਹੈਗੇ ਆ। ਦੇਸ਼ ਦੇ ਜਿਹੜੇ ਹੋਰ ਮੁੱਦੇ ਹੈਗੇ ਉਹਨਾਂ ਦਾ ਜ਼ਿਕਰ ਨਹੀਂ ਕੀਤਾ ਜਾ ਰਿਹਾ। ਨੌਜਵਾਨ ਆ ਜਿਹੜੇ ਉਹ ਬੇਰੁਜ਼ਗਾਰ ਘੁੰਮ ਰਹੇ ਹੈਗੇ ਆ, ਉਹਨਾਂ ਨੂੰ ਰੁਜ਼ਗਾਰ ਕੌਣ ਦੇਵੇਗਾ? ਜਿਹੜੇ ਸਾਡੇ ਕਿਸਾਨ ਹੈਗੇ ਉਹ ਖੁਦਕੁਸ਼ੀਆਂ ਕਰ ਰਹੇ, ਉਹਨਾਂ ਦਾ ਜਵਾਬ ਕੌਣ ਦੇਵੇਗਾ? ਉਹ ਵਾਰ ਵਾਰ ਧਰਨੇ ਦਿੰਦੇ ਆ, ਮੁਜ਼ਾਹਰੇ ਕਰਦੇ ਆ, ਪਰ ਇਹਨਾਂ ਮੁਜ਼ਾਹਰਿਆਂ ਦੇ ਵਿਚਾਲੇ ਜਦੋਂ ਇੱਕ ਜਿਹੜਾ ਮਾਲੀ ਸਾਹਿਬ ਕਹਿ ਰਿਹਾ ਇੱਕ ਜਾਲੀ ਜਿਹੜਾ ਦੁਸ਼ਮਣ ਖੜਾ ਕੀਤਾ ਜਾਂਦਾ ਹੈਗਾ, ਸਵਾਲ ਉਹ ਹੈਗਾ ਜਿਹੜੇ ਅਸਲੀ ਦੁਸ਼ਮਣ ਆ ਸਾਡੇ ਘਰ ਦੇ ਵਿੱਚ ਆ, ਭੁੱਖਮਰੀ ਹੈਗੀ, ਬੇਰੁਜ਼ਗਾਰੀ ਹੈਗੀ, ਗਰੀਬੀ ਹੈਗੀ ਆ, ਉਹਨਾਂ ਨਾਲ ਲੜਨ ਲਈ ਕਿਹੜੀ ਸਰਕਾਰ ਬਣੇਗੀ? ਸਵਾਲ ਇਹ ਹੈਗਾ। ਬ੍ਰੇਕ ਤੋਂ ਵਾਪਸ ਆ ਕੇ ਫਿਰ ਪੁੱਛੂੰਗਾ ਜ਼ਰੂਰ ਫੈਸਲਾ ਦੇਸ਼ ਦਾ।